सत श्री अकाल जी सारिआं नूं, मेरे चैनल ते तुहाडा स्वागत है। ते अज असीं जाणा सी थापर इंस्टीट्यूट इंजीनियरिंग एंड टेक्नोलॉजी पटियाले। ते उत्थे साडी वर्कशॉप सीगी कैमिस्ट्री दी, ते असीं तैयार होके फिर चले। ਹੁਣ ਤੁਸੀਂ ਦੇਖੋ ਕਿ ਅਸੀਂ ਬੱਸ 'ਚ ਕੀ ਗਾ ਪਾਇਆ, ਸਾਰੇ ਬੱਚੇ ਕਿੰਨਾ ਇੰਜੋਏ ਕਰ ਰਹੇ ਸੀ। ਅਤੇ ਫਿਰ ਇੰਜੋਏ ਕਰਦਿਆਂ ਸਾਨੂੰ ਪਤਾ ਹੀ ਲੱਗਿਆ ਕਦੋਂ ਥਾਪਰ ਇੰਸਟੀਟਿਊਟ ਆ ਗਿਆ। ਸਾਡੇ ਸਾਰਿਆਂ ਲਈ ਇਹ ਫਸਟ ਐਕਸਪੀਰੀਅੰਸ ਸੀਗਾ, ਤਾਂ ਕਰਕੇ ਸਾਰੇ ਬੱਚੇ ਬਹੁਤ ਹੀ ਐਕਸਾਈਟਿਡ ਸੀਗੇ, ਚਾਹੇ ਉਹ ਫਸਟ ਈਅਰ ਵਾਲੇ ਸੀ, ਚਾਹੇ ਸੈਕਿੰਡ ਵਾਲੇ ਸੀ, ਔਰ ਚਾਹੇ ਫਾਈਨਲ ਈਅਰ ਵਾਲੇ ਸੀਗੇ। ਸਾਰੇ ਬੱਚੇ ਬਹੁਤ ਖੁਸ਼ ਸੀਗੇ ਇਸ ਵਰਕਸ਼ਾਪ ਨੂੰ ਲੈ ਕੇ। ਦੈਨ ਜਦੋਂ ਅਸੀਂ ਕੈਂਪਸ ਦੇ ਅੰਦਰ ਪਹੁੰਚੇ ਤਾਂ ਸਭ ਤੋਂ ਪਹਿਲਾਂ ਸਾਰੇ ਬੱਚਿਆਂ ਨੂੰ ਬ੍ਰੇਕਫਾਸਟ ਕਰਵਾਇਆ ਗਿਆ। ਆਈਪੈਡ ਐਂਡ ਪੈਂਪਲੇਟਸ ਪ੍ਰੋਵਾਈਡ ਕੀਤੇ ਗਏ, ਕਿਉਂਕਿ ਅਸੀਂ ਇਹ ਵਰਕਸ਼ਾਪ ਲਗਾ ਰਹੇ ਸੀ ਤਾਂ ਸਭ ਲਈ ਆਈਡੈਂਟੀਟੀ ਜ਼ਰੂਰੀ ਸੀਗੀ। ਸਾਰੇ ਬੱਚਿਆਂ ਨੂੰ ਇਕੱਠਾ ਕੀਤਾ ਗਿਆ ਸੀਗਾ ਵਰਕਸ਼ਾਪ ਵਾਸਤੇ। ਦੈਨ ਸਾਨੂੰ ਥਾਪਰ ਇੰਸਟੀਚਿਊਟ ਦੇ ਟੀਚਰਸ ਵੱਲੋਂ, ਪ੍ਰੋਫੈਸਰਸ ਵੱਲੋਂ ਬਹੁਤ ਹੀ ਵਧੀਆ ਲੈਕਚਰ ਦਿੱਤਾ ਗਿਆ, ਜਿਨ੍ਹਾਂ ਵਿੱਚ ਉਹਨਾਂ ਨੇ ਸਾਨੂੰ HPLC ਬਾਰੇ ਦੱਸਿਆ, ਜੋ ਕਿ ਇੰਸਟਰੂਮੈਂਟ ਹੈ। ਦੈਨ ਜਿੰਨੇ ਵੀ ਕਾਲਜਸ ਦੇ ਟੀਚਰਸ, ਪ੍ਰੋਫੈਸਰਸ ਐਂਡ ਫੈਕਲਟੀ ਮੈਂਬਰਸ ਆਏ ਸੀ, ਉਹਨਾਂ ਸਭ ਨੂੰ ਟੋਕਨ ਆਫ ਰਿਸਪੈਕਟ ਦਿੱਤਾ ਗਿਆ।
ਦੈਨ ਸਾਨੂੰ ਕੈਂਪਸ ਟੂਰ ਦਿੱਤਾ ਗਿਆ ਜੋ ਕਿ ਬਹੁਤ ਵਧੀਆ ਸੀ। ਲਾਈਕ ਇਸ ਇੰਸਟੀਟਿਊਟ ਦਾ ਕੈਂਪਸ ਬਹੁਤ ਹੀ ਵਧੀਆ ਆ, ਬਹੁਤ ਹੀ ਸੇਫ ਆ ਔਰ ਸਭ ਫੈਸਿਲਿਟੀਜ਼ ਨੇਗੀਆਂ, ਲੈਬਸ ਬਹੁਤ ਨੀਟ ਐਂਡ ਕਲੀਨ ਨੇਗੀਆਂ ਅਤੇ ਬਹੁਤ ਵਧੀਆ। ਲਾਈਕ ਜਿੰਨਾ ਕਹਿ ਸਕਦੇ ਹੋਗੇ ਹੈ ਨਾ, ਜਿਨ੍ਹਾਂ ਨੇ ਵੀ ਬੀ ਟੈਕ ਕਰਨੀ ਆ ਜਾਂ ਫਿਰ ਇੱਦਾਂ ਦੇ ਵਧੀਆ ਵਧੀਆ ਕੋਰਸ ਕਰਨੇ ਹੈ ਨਾ, ਕੈਮਿਸਟਰੀ ਤੋਂ ਲੈ ਕੇ ਕੋਰਸ ਕਰਨੇ ਨੇਗੇ, ਤੁਸੀਂ ਉੱਥੇ ਜ਼ਰੂਰ ਕਰ ਸਕਦੇ ਹੋ, ਬਹੁਤ ਵਧੀਆ ਹੈ। ਬੱਚਿਆਂ ਨੇ ਲੰਚ ਕਰ ਲਿਆ ਸੀਗਾ, ਫਿਰ ਉਸ ਤੋਂ ਬਾਅਦ ਅਸੀਂ ਆਪਣੇ ਕਾਲਜ ਲਈ ਚਲੇ ਗਏ।